ਉਸੇ ਗੁਰਦਾ ਯਾਸੀ ਦਾ ਉਸੇ ਗੁਰਦਾ ਛੋਟਾ ਸਲਾਮ ਉਸੇ ਗੁਰਦਾ ਵੱਡਾ ਸਲਾਮ ਉਸੇ ਗੁਰਦਾ ਵੱਡਾ ਫਰਮਾਨ ਅੱਜ ਤੁਹਾਡਾ ਹੈ ਸਤਿ ਆਲੀ ਸ਼ੇਰ ਦੇ ਦਿੱਤੇ ਤੇ ਕੱਲਾ ਹੁੰਦੀਆਂ ਨੇ ਇੰਜ ਜਾਣੋ ਦੂਰੋਂ ਦੂਰੋਂ ਮਾਲੇ ਆਏ ਨੇ ਪੈਂਦੀ ਪਰਸੋਂ ਵਾਲ ਸਿੰਘ ਯਾਰੋ ਦੂਰੋਂ ਦੂਰੋਂ ਮਾਲੇ ਆਏ ਨੇ ਪੈਂਦੀ ਪਰਸੋਂ ਵਾਲ ਉਹ ਢੋਲ ਵਾਲਿਆ ਢੋਲ ਬੰਦ ਕਰਦੇ ਹੁਣ ਥੋੜੀ ਥੋੜੀ ਲਈ ਕਿਉਂਕਿ ਆਪਾਂ ਹੁਣ ਗੁਰੂਆਂ ਪੀਰਾਂ ਦੀਆਂ ਗੱਲਾਂ ਕਰੀਏ ਬਾਬਾ ਰਾਮਦੇਵ ਜੀ ਦੁਨੀਆਂ ਦੇ ਹਰ ਧਰਮ ਨੇ ਕੋਈ ਨੂੰ ਮਾਨਤਾ ਦਿੱਤੀ ਕ੍ਰਿਸ਼ਨ ਭਗਵਾਨ ਜੀ ਨੇ ਆਪ ਕੁਸ਼ਤੀਆਂ ਕਰਾਈਆਂ ਤੇ ਦੁਆਪਰ ਦੇ ਵਿੱਚ ਜਿਹੜੇ ਕ੍ਰਿਸ਼ਨ ਭਗਵਾਨ ਜੀ ਕੁਸ਼ਤੀਆਂ ਕਰਾਉਂਦੇ ਉਹ ਵੇਦ ਪਾਲਵਾਨ ਸੀ ਕੋਈ ਸੀ ਜਨੂਰ ਦੇ ਨਾਲ ਕਹਿੰਦੇ ਕੁਸ਼ਤੀ ਦਸ ਦੀ ਮਥਰਾ ਦੀ ਥਾਂ ਪੀਰਾਂ ਦੇ ਫਕੀਰਾਂ ਨੇ ਦਿੱਤਾ ਇਹ ਜਨਮ ਕਹਿੰਦੇ ਆਈਏ ਜਹਾਂ ਦੇ ਦਰਬਾਰ ਬਾਬਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਰਬਾਰੀ ਦੇ ਵਿੱਚ ਗੱਲਬਾਤ ਦੀ ਗੱਲ ਕਰ ਰਹੇ ਹੈ ਹੋ ਬਸਾਈ ਦਾ ਕਹਿਲ ਬੰਦਰਾ ਮੈਂ ਦੋਨੋਂ ਉੱਤੇ ਬਲਦਾ ਕੋਈ ਸ਼ਬਦ ਕੱਟਿਆ ਦਾ ਰੱਖਾ ਦੇਖੇ ਆਪ ਜੀ ਪੰਜ ਪੀਰ ਹੋਣ ਵੇਲੇ ਉਹਨਾਂ ਪੰਜਾਂ ਪੀਰਾਂ ਨੇ ਕੁਸ਼ਤੀ ਕੀਤੀ ਹੈ ਪੰਜਾਂ ਦੇ ਸ਼ਹਿਰ ਕਹਿੰਦੇ ਹੋਏ ਹੋਏ ਮਤਾਨ ਵਿੱਚ ਕਹਿੰਦੇ ਪੰਜ ਪੀਰ ਸੀ ਸ਼ਿੰਜਾਂ ਵਿੱਚ ਘੁੜਦੇ ਜਾ ਕੇ ਪੰਜੇ ਵੀਰ ਸੀ ਉਹਨਾਂ ਦੇ ਨਾਂ ਦੇ ਉੱਤੇ ਪੇਟੀਆਂ ਦੇ ਸ਼ਿੰਜਾਂ ਹਰ ਸ਼ਹਿਰ ਦੇ ਨਾਲੇ ਗ੍ਰਾਂ ਪੀਰਾਂ ਤੇ ਫਕੀਰਾਂ ਨੇ ਦਿੱਤਾ ਇਹ ਜਨਮ ਤੈਨੂੰ ਆਈਏ ਜਹਾਨ ਦੇ ਤਾਂ ਇੱਕ ਪਾਸੇ ਸ਼ਮੀਰ ਫਰਵਾੜਾ ਦੂਜੇ ਪਾਸੇ ਸੁਰਮੂ ਹੈ ਦੋਨਾਂ ਦੇ ਵਿਚਕਾਰ ਕੁਸ਼ਤੀ ਕਰਦੀ ਚੱਲਦੀ ਹੋਈ ਕਿ ਜੋਰਾਂ ਵਾਲਿਆਂ ਨੂੰ ਦੁਨੀਆ ਸਲਾਮ ਕਰਦੀ ਬਿਨ ਜੋਰਾਂ ਬੰਦੇ ਕਿਸੇ ਕੰਮ ਦੇ ਨਹੀਂ ਜਿੰਨੇ ਜੱਗ ਤੇ ਜੋਰਾਂ ਦੇ ਮੁੱਲ ਪੈਂਦੇ ਉਹਨੇ ਪੈਂਦੇ ਜੋੜੇ ਕੰਮ ਦੇ ਨਹੀਂ ਕਰ ਬਦਸ਼ਾਹ ਜਣਾ ਖਰਾਬ ਖਾਦੀ ਜਿੰਦੇ ਕੁੱਤੇ ਆਏ ਥਮਿਆ ਪੱਟ ਕੇ ਆਏ ਕਰਵਾ ਗਲੀ ਕਰਵਾ ਸ਼ਿਆਰਪੁਰ ਤੇ ਗਣੇਸ਼ ਕਰਵਾ ਗੇੜੀ ਦੇ ਜਾਣ ਗਣੇਸ਼ ਕਰਵਾ ਤੇ ਗਲੀ ਕਰਵਾ ਗੇੜੀ ਦੇ ਜਾਣ ਇਧਰ ਨੌਜਵਾਨ ਸੁਰਮੂ ਕਰਵਾ ਭਰੀਆ ਬਾਵਲ ਕਹਿੰਦੇ ਨੇ ਕਿ ਦਾਲ ਅੰਦਰ ਕੁਸ਼ਤੀ ਸੂਰ ਜੀ ਲੋੜ ਪੈ ਤੇ ਘੋਲੇ ਵਾਲੀ ਲਾਉਂਦੇ ਰਾਜ ਸਾਮੀ ਕਦੇ ਢਾਕ ਕਦੇ ਢੋਕੀ ਪੜਕਾ ਕਦੇ ਲਾਉਣ ਲੋਕ ਸਾਮੀ ਨਾਲ ਜਿੰਦਰ ਪਾਲ ਬਾਂਦੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦੀ ਹੈ ਜੇ ਇਹ ਸਮਾਕੇ ਦੀਆਂ ਸ਼ੇਕਾਂ ਵਿੱਚ ਬੋਲਦਾ ਜਿੰਦਰ ਪਾਲ ਬਾਂਦੀ ਦੇ ਸਰਕਾ ਜਾਂ ਫਿਰ ਚੰਦ ਪਾਲ ਬਾਂਦੀ ਸਰਕਾ ਨਹੀਂ ਤੇ ਹੋਰ ਛੱਡ ਜਾਣਾ ਸੀ ਕਿਉਂਕਿ ਪੰਜਾਬ ਪੰਜਾਬ ਨਹੀਂ ਰਿਹਾ ਸਾਹਮਣੇ ਨੌਜਵਾਨ ਸ਼ਮੀ ਦੇ ਕੋਲ ਤਜਰਬਾ ਹੈ ਤੇ ਸੋਰਮੂ ਦੇ ਕੋਲ ਤਕਨੀਕ ਹੈ ਉਹਦੇ ਫਿਰ ਕੀ ਹੋਇਆ ਚੱਲ ਗਈ ਹੈ ਚੱਕੀ ਸੱਥ ਦੇ ਕਹਿੰਦੀ ਨੂੰ ਪੀਣਾ ਨਹੀਂ ਆਉਂਦਾ ਸੱਥੂ ਨਹੀਂ ਮਾਤੇ ਬੱਚੀ ਤਾੜੀ ਮਾਰ ਦੇ ਨੌਜਵਾਨੋ ਤਾੜੀ ਮਾਰ ਦੇ ਉਹਦੇ ਨਾਲੇ ਤਾੜੀ ਮਾਰ ਦੇ ਉਹ ਸਿਰੇ ਦੀ ਕੁਰਬਾਨੀ ਜਿੰਨਾ ਚਿਰ ਨਹੀਂ ਠੋਕਰਾਂ ਵੱਜਦੀਆਂ ਨੇ ਬਾਬਾ ਰਾਮਦੇਵ ਜੀ ਜਿੰਨਾ ਚਿਰ ਨੂੰ ਠੋਕਰਾਂ ਵੱਜਦੀਆਂ ਨੇ ਉਹਨਾਂ ਚਿਰ ਨੂੰ ਬੰਦਾ ਇਨਸਾਨ ਵੱਜਦਾ ਜੇਕਰ ਬੰਦੇ ਦੇ ਵਿੱਚ ਮੈਂ ਆ ਜਾਏ ਬੰਦਾ ਇਨਸਾਨ ਤੇ ਫਿਰ ਸ਼ੈਤਾਨ ਵੱਜਦਾ ਜੇਕਰ ਬੰਦੇ ਦੇ ਵਿੱਚ ਮੈਂ ਮਿਟ ਜਾਏ ਬੰਦਾ ਇਨਸਾਨ ਤੋਂ ਫਿਰ ਪਰਵਾਨ ਵੱਜਦਾ ਮਿਹਰ ਵੀ ਮੇਰੇ ਰੱਬ ਦੀ ਮਿਹਰ ਹੋਵੇ ਬੰਦਾ ਫਿਰ ਜੱਗ ਤੇ ਪਹਿਲਵਾਨ ਵੱਜਦਾ ਜੰਗ ਪਹਿਲਵਾਨ ਦੀ ਵਸੀ ਕਰਨ ਵਾਲੇ ਸਭ ਹੈ ਹਲ
ਮੁੰਡਾ ਮਾਰਦੇ ਹੋ ਉਹ ਕਰਤ ਦਾ ਮੁੰਡਾ ਇਹ ਆ ਪਹਿਲਵਾਨੀ ਇੱਕ ਵਿੱਚ ਹੈ ਜੋਰ ਜਿਨ੍ਹਾਂ ਦੇ ਉਹ ਕਰਦੇ ਪਹਿਲਵਾਨੀ ਇੱਕ ਵਿੱਚ ਹੈ ਜੋਰ ਜਿਨ੍ਹਾਂ ਦੇ ਉਹ ਕਰਦੇ ਪਹਿਲਵਾਨੀ ਲਗੋਟੇ ਤੋਂ ਪੱਟਣ ਦਾ ਯਤਨ ਪਿੰਡਿਆਂ ਵਿੱਚੋਂ ਵੀ ਹੈ ਲਿਸ਼ਕਣ ਖਾਦੀਆਂ ਹੋਈਆਂ ਖਰਾਕਾਂ ਪੂਰਾ ਪੂਰਾ ਜੋਰ ਦੇ ਕਰਦੇ ਕੀ ਜੋਰਾਂ ਦੀਆਂ ਬਾਤਾਂ ਇਹ ਪਹਿਲਵਾਨੀ ਦੀ ਗੱਲ ਔਰ ਕੋਈ ਹੋ ਗਿਆ ਨੌਜਵਾਨ ਨੇ ਟੱਕੀ ਲਾ ਲਈ ਹੈ ਸੁਖਪ੍ਰੀਤ ਥੱਲੇ ਵੱਜ ਪਏ ਹੈ ਇਹ ਤੇ ਕਹਿੰਦਾ ਰੱਬ ਦੇ ਪੱਖ ਵਿੱਚ ਕਿਹੜੇ ਕਥਰਾ ਤੋਂ ਭੈਣਾ ਜੱਗ ਦੇ ਉੱਤੇ ਕੋਈ ਅਮਲ ਨਹੀਂ ਹੌਸਲਾ ਰੱਖਣਾ ਪੈਣਾ ਕਿਉਂਕਿ ਚੰਗੇ ਅਨੁਸਾਰ ਸਫਲਤਾ ਵਿੱਚੋਂ ਸਫਲਤਾ ਤੋਲਦੇ ਹੈ ਜਿਵੇਂ ਸੂਰਮੇ ਮੌਤ ਵਿੱਚੋਂ ਕੌਮਾਂ ਦੀ ਜ਼ਿੰਦਗੀ ਤੋਲਦੇ ਹੈ ਭਗਤ ਬੰਦਗੀ ਦੇ ਵਿੱਚੋਂ ਰੱਬ ਤੋਲਦੇ ਹੈ ਪਹਿਲਵਾਨ ਦੇ ਖਿਡਾਰੀ ਮੱਲਾ ਜੀ ਵੈਲੀ ਮੋਰ ਵਾਲਿਓ ਹਾਰਾਂ ਦੇ ਵਿੱਚੋਂ ਜਿੰਦਾ ਤੋਲਦੇ ਹੈ ਜੋੜਾ ਪੈਦਾ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਨਹੀਂ ਤਾਂ ਜੀਤੇ ਸਮੇਂ ਤੇ ਦੁਨੀਆ ਕਹਿੰਦੀ ਹੈ ਨਹੀਂ ਉਹ ਲੱਭਲੇ ਲਾਲ ਗਵਾਚੇ ਮਿੱਟੀ ਦਾ ਫੋਨ हिसाब किताब है इनका जो पहलवान आते हैं उनको किराए वगैरह देते हैं और अभी आपको दिखाया कुछ दे रहे थे उनको पूड़ियाँ भी थी उसके बीच में तो ये सब भी उनको दिया जा रहा है जितने पहलवान जहाँ पर आ रहे हैं और पहलवान देखिए 200 रुपये 300 रुपये 500 रुपये जितने किराया वगैरह खर्चा वगैरह दिया जा रहा है साथ में और जो विनर है उनको जो नाम रखा होगा वो भी दिया जा रहा है लेकिन इनका देखिए जज्बा देखिए जितने पहलवान बैठे जितने जमीन पर बैठे हैं सब पहलवान है ये और ऊपर जो खड़े हैं वो सब दर्शक हैं जो देखने के लिए आए हैं देखिए मैं चलिए कहा कि यहाँ पर जो हमारा पंजाब है जहाँ पे हम देखिए हमारी जो नौजवान है यहाँ पर देखिए ਸਰੀ ਤੋਂ ਕਈ ਕਰਕੇ ਬਦਲ ਕਰ ਦਿੰਦੇ ਨੇ ਕਰੋ ਤੂੰ ਤਾਈ ਆਖਣ ਕਰੋ ਨਾਲ ਸਭ ਲੱਗਦੇ ਸੁੱਖ ਅਜੇ ਸੁੱਖ
चौथे नंबर की झंडी कराने लगे हैं लाली फगवाड़ा जय सिंह हुशियारपुर हाथ जोड़ी करो भी चौथे नंबर या दो गोष्ठी सॉरी प्रताप तैयार होकर बैठ जा भी तुम्हें लाली तुम भी तैयार होकर रेडी होकर आ जाओ टाइम बहुत घट है मुड़ के मैंने निकलना की गोष्ठी गाड़ी रह गई है जा इंतजाम ही करना पड़ेगा क्योंकि पहलवान ज्यादा है गोष्ठी लेट सीधे हो करके सामने सुख मरीज ने कमाती है चक्की सच देखे जी नूर उपीना नहीं होना सचो जी मरिया बच्ची चाचे वालों भी 200 रुपया ज्यादा तो मैं बहुत सारा पाठ करती है सूचना दे रहे हैं कल पिंड लसरा की धरती से बड़ा शिव मेला हो रहा है जिथे बड़ी माली हाँ जी ठीक है कोई भी नशा करके कदम पाकर खाने जाए कल पिंड लसरा के शिव मेला हो रहा है जिदे छोटे सदाम की डेरा बाबा नानक कुश्ती होनी है छोटा सदाम हुशियारपुर मेजर डेरा बाबा नानक की कुश्ती होनी है जिथे लसरा के कल रशीद हुकूमतपुर कौमी पाड़ोवाल 2 नंबर की कुश्ती होनी है 11 सितंबर दिन एतवार को जो डोली की धरती से बड़ा छिंज मेला है 5 सितंबर दिन सोमवार बिहारा की धरती से बड़ा छिंज मेला है वैसे नजारा बहुत खूबसूरत लग रहा है यहाँ पर रंग बिरंगे कपड़े पहने हुए ये लोग और दूर जो हरियाली और ये पंजाब की धरती और जो हमारा साइकिल और जो ट्रैक्टर ट्रालियाँ जो मेला हो रहा है बाबा चंदा जी के स्थान जिथे यही तो बाबा के लोग हैं पंजाब के लोग हैं कालवा गुजर हिंदुस्तान के लोग हैं हुशियारपुर के लोग हैं नवा शहर के लोग हैं रोपड़ के लोग हैं जलंधर के लोग ये सब लोग काफी दूर दूर से यहाँ पर आए हुए हैं आज छिंज का मेला इसको बोलते हैं रेसलिंग चल रही है यहाँ पर मैंने काफी कुछ आपको दिखा दी यहाँ पर चलते चलते जहाँ पहुँचा था मैंने सोचा आपको दिखा दूँ क्योंकि जहाँ पर जाता हूँ मैं आपको कुछ ना कुछ दिखाता हूँ तो ये चैनल सब्सक्राइब कर दीजिए फिर मैं अगली वीडियो में और कुछ दिखाता हूँ आपको